अजीजाने मोहतरम बुजुर्गों दोस्तों भाइयों, हर कलमा पढ़ने वाले इंसान ते त्रै चीजां दी हिफाजत करना जरूरी होंदा है। मुल्क दी हिफाजत करना, मुल्क दे अंदर रहन वाली मुस्लिम कौम दी हिफाजत करना, और मुस्लिम कौम दे मजहब मिल्लत दी हिफाजत करना, शरीयत मुहम्मद रसूलुल्लाह सल्लल्लाहु अलैहि वसल्लम विचों मालूम होता है के ये त्राई फर्ज हैं जिड़े हर कलमा पढ़ने वाले मुसलमान थे। इना विचों अगर किसे फर्ज दी कमी आ जावे तो वो बंदा मुसलमान नहीं रहंदा। अपने मिल्लत दी हिफाजत करे, अपनी मिल्लत मनन वाली कौम दी हिफाजत करे, जिड़े रकबे विच ते मुल्क विच ओ कौम रहंदी है उस मुल्क दी हिफाजत करे। ये त्राय चीजां जिस इंसान दे अंदर मौजूद होवन, अल्लाह दे कागजां विच ओ इंसान है। जिस विच इन्ना त्राय चों कहे एक चीज दी कमी आ वंजे ओ अल्लाह दे कागजां विच इंसान नहीं। मौलवी सड़ी सकदा है, पीर सड़ी सकदा है, सदर सड़ी सकदा है, और वजीर अमीर गवर्नर सड़ी सकदा है, मगर इंसान नहीं। इंसान तद होंदा है अल्लाह दे कागजां विच कि अपने मजहब ते मिल्लत दी हिफाजत भी करे, अपनी कौम दी हिफाजत भी करे, अपने मुल्क दी हिफाजत भी करे। मिल्लत नू मन्ने ते कौम दा गद्दार होवे तां काफिर, मिल्लत ते कौम नू मन्ने ते अपने मुल्क दा गद्दार होवे तां काफिर। गल समझदे पए हो? कुरान मुकद्दस दे 30 सिपारियां विच ए साइंटिफिक कानून मौजूद है। हर कानून नू अल्लाह ने 10 सिपारियां विच मुकम्मल कीता। 30 सिपारे भी मुकदन ते मुल्क ते कौम दा कानून भी मुकम्मल होंदा है। जेड़ा शख्स इन्ना त्रें विचों किसे एक शोबे दा मुनकर है, दा सिपारे कुरान पाक दा मुनकर है। अल्लाह दे पाक रसूल ने मिल्लत दी हिफाजत कीती है ते अपनी कौम दी
ਤੇ ਆਪਣੇ ਮੁਲਕ ਦੀ ਇੱਕ ਚੱਪਾ ਨਹੀਂ ਕਿਸੇ ਮੁਸ਼ਰਕ ਕੋਲ ਰਹਿਣ ਦਿੱਤਾ ਅੱਲਾ ਦੇ ਰਸੂਲ ਨੇ। ਉਹ ਥੋੜੀ ਸਕੂਨ ਤੇ ਚੈਨ ਹੀ ਨਹੀਂ ਆਇਆ ਅੱਲਾ ਦੇ ਰਸੂਲ ਨੂੰ ਜੇ ਥੋੜੀ ਇਹ ਤਿੰਨੇ ਚੀਜ਼ਾਂ ਮੁਕੰਮਲ ਨਹੀਂ ਹੋ ਗਈ। ਅਲਬਤਾ ਜੇ ਮਿਲਤ ਮਹਿਫੂਜ਼ ਹੋ ਜਾਵੇ ਤੇ ਇਹ ਕੌਮ ਖੁਦ ਬਖੁਦ ਆਟੋਮੈਟਿਕ ਮਹਿਫੂਜ਼ ਹੋ ਜਾਂਦੀ। ਚਲੋ ਠੀਕ ਹੈ, ਕਰ ਹਿੰਮਤ ਕਰ। ਚੂੰਕਿ ਮੁਲਕ ਦੀ ਗੱਲ ਪੇ ਚਲਦੀ ਹੈ, ਥੋੜੇ ਅੱਗਾਂ ਵੰਜ ਦੱਸੇ ਸੀ। ਤਵੱਜੋ ਹੈ, ਇਹ ਤਿੰਨ ਚੀਜ਼ਾਂ ਇਸਲਾਮ ਦਾ ਅਸਲ ਮਕਸੂਦ ਹੈ। ਮਿਲਤ ਦੀ ਹਿਫਾਜ਼ਤ ਇੰਜ ਕੀਤੀ ਹੈ ਕਿ ਆਪਣੇ ਦੰਦ ਵੀ ਤੁੜਵਾ ਦਿੱਤੇ ਨੇ ਮੁਹੰਮਦ ਪਾਕ। ਮਿਲਤ ਦੀ ਇੰਜ ਹਿਫਾਜ਼ਤ ਕੀਤੀ ਹੈ ਆਪਣੀਆਂ ਅੱਖਾਂ ਨਾਲ ਵੇਖਿਆ, ਆਪਣੀ ਮਾਸੂਮ ਬੱਚੀਆਂ ਦੇ ਰੁਖਸਾਰਾਂ ਤੇ ਅਬੂ ਜਹਲ ਨੂੰ ਚਾਟ ਮਾਰ ਦਿਆ, ਫਿਰ ਵੀ ਆਖਿਆ ਅੱਲਾਹੁ ਮਸ਼ਹਦ, ਅੱਲਾ ਤੂੰ ਗਵਾਹ ਹੋਵਾ, ਮੈਂ ਮਿਲਤ ਦੇ ਪਿੱਛੇ ਸਾਰਾ ਕੁਝ ਬਰਦਾਸ਼ਤ ਕਰ। ਮਿਲਤ ਜਦੋਂ ਮਜ਼ਬੂਤ ਹੋਈਏ, ਕੌਮ ਖੁਦ ਬਖੁਦ ਮਜ਼ਬੂਤ ਹੋ ਗਈ, ਉਹਨਾਂ ਨੂੰ ਮਿੰਨਤਾਂ ਕਰਨ ਦੀ ਜ਼ਰੂਰਤ ਨਹੀਂ ਪਈ, ਉਹਨਾਂ ਨੂੰ ਕੋਈ ਰਿਸ਼ਵਤ ਤੇ ਵੱਡੀ ਦੇਣ ਦੀ ਜ਼ਰੂਰਤ, ਕੋਈ ਭਾੜਾ ਕੋਈ ਬੇੜੀ ਭਾੜਾ ਦੇਣ ਦੀ ਜ਼ਰੂਰਤ ਨਹੀਂ ਪਈ। ਕਮਾਲ ਇਹ ਹੈ ਕਿ ਕੋਈ ਚੱਕਮਾ ਤੇ ਕੋਈ ਝਾਂਸਾ ਦੇਣ ਦੀ ਜ਼ਰੂਰਤ ਹੀ ਨਹੀਂ ਪਈ। ਇਤਨੀ ਕੌਮ ਮਜ਼ਬੂਤ ਹੋਈ ਹੈ ਕਿ 2 ਸਾਲ ਦੇ ਮਾਸੂਮ ਬੱਚਿਆਂ ਦੇ ਕੁਤਰੇ ਹੁੰਦੇ ਵੇਖੇ ਨਾ ਆਪਣੀ ਅੱਖਾਂ ਨਾਲ, ਤੇ ਵੱਧ ਵੀ ਆਖਿਆ ਇੰਨਾ ਅਸਾਂ ਵੀ ਅੱਲਾ ਦੇ ਹਾਂ ਤੇ ਉਹ ਵੀ ਅੱਲਾ ਦੇ, ਸਾਨੂੰ ਗਮ ਕਰਨ ਦੀ ਜ਼ਰੂਰਤ ਹੈ। ਖੁਦ ਕੌਮ ਦੀ ਹਿਫਾਜ਼ਤ ਵੀ ਮੁਹੰਮਦ ਪਾਕ ਨੇ ਕੀਤੀ ਹੈ। ਸਾਹਬਾ ਕਿਰਾਮ ਦਾ ਲਸ਼ਕਰ ਅੱਗੇ ਚੱਲਦਾ ਹੈ, ਜੰਗ ਦਾ ਮੌਕਾ ਹੋਵੇ ਜਿਹਾਦ ਦਾ ਮੌਕਾ, ਮਗਰ ਅੱਲਾ ਦਾ ਰਸੂਲ ਸਭ ਤੋਂ ਪਿੱਛੇ ਚੱਲਦਾ ਹੈ। ਕੋਈ ਪੁੱਛੇ ਯਾ ਰਸੂਲ ਅੱਲਾ, ਤੁਹਾਡਾ ਤਾਂ ਨੰਬਰ ਹਰ ਸ਼ੈਖ ਤੋਂ ਅੱਲਾ ਅਵਲ ਹੈ, ਪਿੱਛੋਂ ਕਿਉਂ ਟੁਰਦੇ ਹੋ? ਅੱਗੇ ਪਿੱਛੋਂ ਇਸ ਵਕਤ ਟੁਰਦਾ, ਮਤਾਂ ਮੇਰੀ ਕੌਮ ਤੇ ਕੋਈ ਪਿੱਛੋਂ ਚੁਪਾ ਤੇ ਕੁੱਤੇ ਹਰ ਮੁਸ਼ਰਕ ਹਮਲਾ ਨਾ ਕਰਦੇ। ਕੋਈ ਹਮਲਾ ਕਰੇ ਤਾਂ ਪਹਿਲੇ ਮੈਂ ਮੁਹੰਮਦ ਚੱਲਾਂ, ਮੇਰੇ ਉਮਤੀ ਨੂੰ ਤਾਗ ਨਾ ਲੱਗੇ। ਕੌਮ ਦੀ ਹਿਫਾਜ਼ਤ, ਹੱਤਾ ਕਿ ਇੱਕ ਦਫਾ ਪਿੱਛੇ ਚੱਲ ਰਹੇ ਤੇ ਪਿੱਛੋਂ ਇੱਕ ਆਦਮੀ ਆ ਰਿਹਾ ਹੈ ਦੋਹਾਂ ਹੱਥਾਂ 'ਚ ਤਲਵਾਰਾਂ ਨੁਸਦੇ, ਪਿੱਛਾ ਮੁੜ ਕੇ ਵੇਖਿਆ ਤੇ ਠਹਿਰ ਗਏ ਨੇ, ਪੁੱਛਿਆ ਕਿਉਂ ਆ ਰਿਹਾ ਹੈ, ਕੌਣ ਉਹਨੇ? ਉਹ ਸਿਰਫ ਆਉਂਦਾ ਹੋਇਆ ਦੇਖ ਕੇ ਬਰਦਾਸ਼ਤ ਮੁਹੰਮਦ ਪਾਕ ਨਹੀਂ ਕੀਤਾ, ਕਿਉਂਕਿ ਨਾ ਵਾਕਿਫ ਹੈ। ਪੁੱਛਦੇ ਨੇ ਅੱਲਾ ਦੇ ਰਸੂਲ ਕਿ ਕਿਉਂ ਆ ਰਿਹਾ ਹੈ? ਅਖੇ ਜੀ ਲੈ ਅਤਬਾ ਆਕਾ, ਮੈਂ ਇਸ ਲਈ ਆ ਰਹਾ ਹੂੰ ਤਾਂ ਕਿ ਆਪ ਕੀ ਇਤਬਾ ਮੈਂ ਆਪਣੀ ਕੌਮ ਕੇ ਸਾਥ ਲੜੂੰ।